ਜੀ ਹੁਣ ਆਪਾਂ ਪਹੁੰਚ ਚੱਲੇ ਹਾਂ ਜੀ ਗੁਰਦੁਆਰਾ ਸਾਹਿਬ ਮੰਡੀ ਅਤੇ ਦੇਖ ਸਕਦੇ ਹੋ ਵੀ ਬਸ ਕੁਝ ਕੁ ਘੰਟਾ ਜਿਹਾ ਆਪਾਂ ਉੱਥੇ ਪਹੁੰਚਾਂ ਗੁਰਦੁਆਰਾ ਸਾਹਿਬ ਅਤੇ ਉਹ ਹੈਗਾ ਪਾਰਲੀ ਸਾਈਡ ਹੈਗਾ ਆਪਾਂ ਥੱਲੋਂ ਜਾ ਕੇ ਅਤੇ ਜਾਂਦੇ ਹਾਂ ਜੀ ਮੈਂ ਫਸਟ ਟਾਈਮ ਇੱਥੇ ਵਿਜ਼ਿਟ ਕਰ ਰਿਹਾ ਕਿ ਤੁਹਾਨੂੰ ਜਾਂਦੇ ਹਾਂ ਇਤਿਹਾਸ ਗੱਲ ਜ਼ਰੂਰ ਕਰਾਵਾਂਗੇ ਉੱਥੇ ਹਾਂਜੀ ਬਾਬੇ ਹੁਣ ਆਪਾਂ ਫਾਈਨਲੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਅਤੇ ਗੁਰਦੁਆਰਾ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈਗਾ ਅਤੇ ਇਤਿਹਾਸ ਗੁਰਦੁਆਰਾ ਹੈ ਅਤੇ ਬਾਕੀ ਆਪਾਂ ਤੁਹਾਨੂੰ ਹੁਣੇ ਇਤਿਹਾਸ ਨਾਲ ਜਾਣੂ ਕਰਵਾਵਾਂਗੇ ਬਾਕੀ ਤੁਸੀਂ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਜੀ ਪਹਿਲਾਂ ਹਾਂਜੀ ਬਾਬੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਇਸ ਦੇ ਹਿਮਾਚਲ ਦੇ ਵਿੱਚ ਬਣਿਆ ਗੁਰਦੁਆਰਾ ਸਾਹਿਬ ਮੰਡੀ ਸਾਹਿਬ ਗੁਰਦੁਆਰਾ ਆ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਤੇ ਆਪਣੇ ਬਹੁਤ ਸੰਗਤ ਆਉਂਦੀ ਹੈ ਪੰਜਾਬ ਤੋਂ ਦਰਸ਼ਨ ਕਰਨ ਲਈ ਲਓ ਜੀ ਬਾਬੇ ਰੂਮ ਆਪਾਂ ਲੈ ਲਿਆ ਜੀ ਅਤੇ ਲਓ ਜੀ ਰੂਮ ਆਪਣਾ ਹੈਗਾ 5 ਨੰਬਰ ਆਪ ਇਮਾਰਤੀ ਜੀ ਐਂਟਰੀ ਰੂਮ ਦੀ ਇਹ ਸਿਰਫ ਰੂਮ ਆਪਾਂ ਨੂੰ ਮਿਲਿਆ ਦੋ ਬੰਦਿਆਂ ਲਈ ਰੂਮ ਮਿਲਿਆ ਇੱਕ ਬੈੱਡ ਇਹਦਾ ਹੋਊਗਾ ਇੱਕ ਮੇਰਾ ਹੋਊਗਾ ਭਾਵੇਂ ਵਿਹਲ ਕੇ ਸਵੋ ਤੁਹਾਨੂੰ ਦੱਸਦੇ ਵੀ ਜਿਹੜਾ ਇਹਦਾ ਵੀ ਕਿਰਾਇਆ ਹੈਗਾ ਆ ਕਿਰਾਇਆ ਹੈਗਾ 700 ਰੁਪਏ ਦਾ ਵੀ ਕਿਰਾਇਆ ਗੁਰਦੁਆਰਾ ਸਾਹਿਬ 'ਚ ਪਰ ਇਹ ਕਹਿੰਦੇ ਵੀ ਪਰਸਨਲ ਰੂਮ ਆ ਜੇ ਤੁਸੀਂ ਮਤਲਬ ਸਿੰਪਲ ਰੂਮ ਲੈਣਾ ਆ ਉਹਦਾ ਕਿਰਾਇਆ ਆਪਾਂ ਨੂੰ ਮਿਲੂਗਾ 300 ਰੁਪਏ ਕਿਰਾਇਆ ਕਹਿੰਦੇ ਉਹਦਾ ਬਾਕੀ ਇਹ ਨਾਲ ਕਹਿੰਦਾ ਅਟੈਚ ਬਾਥਰੂਮ ਵਗੈਰਾ ਹੋਊਗਾ ਯਾਨੀ ਕਿ ਸੇਮ ਸਿਸਟਮ ਇਹਨਾਂ ਲਾਇਆ ਹੋਟਲ ਵਾਲਾ ਜਿਹੜਾ ਹੋਟਲ ਦੇ ਵਿੱਚ ਹੁੰਦਾ ਉੱਦਾਂ ਸੇਮ ਆ ਬਾਥਰੂਮ ਹੀ A1 ਬਾਥਰੂਮ ਇੱਥੇ ਹੁੰਦਾ ਗੁਰਦੁਆਰਾ ਸਾਹਿਬ ਦੇ ਇਹ ਹੈਗਾ ਮੰਡੀ ਸਾਹਿਬ ਗੁਰਦੁਆਰਾ ਦਾ ਬਾਥਰੂਮ ਬਾਕੀ ਸ਼ੀਸ਼ਾ ਵਗੈਰਾ ਇੱਧਰ ਲੱਗਾ ਆ ਤੇ ਇੱਧਰ ਕੀ ਆ ਵਾਹ ਜੀ ਵਾਹ ਯਾਨੀ ਕਿ ਦੋ ਦੋ ਬਾਥਰੂਮ ਇਹਨਾਂ ਨੇ ਬਣਾਏ ਹੋਏ ਆ ਇੱਧਰ ਆਪਣੀ ਫਰੈਸ਼ ਹੈਗੀ ਆ ਇੱਧਰ ਆਪਣਾ ਨਾ ਉੱਥੋਂ ਦਾ ਪ੍ਰਬੰਧ ਆ ਗਿਆ ਨਹੀਂ ਵਧੀਆ ਯਾਰ ਇੱਕ ਗੱਲ ਹੈਗੀ ਆ ਤੇ ਹੈਗਾ ਸਿਸਟਮ ਵਧੀਆ ਰੂਮ ਵੱਡਾ ਆ ਜਿੱਦਾਂ ਮਰਜ਼ੀ ਤੁਸੀਂ ਸੌ ਸਕਦੇ ਹੋ ਆਰਾਮ ਨਾਲ ਤੇ ਐਂਡ ਵਾਲੀ ਗੱਲਬਾਤ ਬਾਕੀ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਥੱਲੇ ਗੁਰਦੁਆਰਾ ਸਾਹਿਬ ਦੇ ਤੇ ਥੋੜੇ ਟਾਈਮ ਤੋਂ ਬਾਅਦ ਚੱਲਦੇ ਆ ਬਾਕੀ ਚਾਦਰਾਂ ਵੀ ਇਹ ਵਿਛਾਉਂਦੇ ਨੇ ਧੋ ਧਾ ਕੇ ਵਿਛਾਉਂਦੇ ਆ ਸਫਾਈ ਹੈਗੀ ਗੱਲ ਹੈਗੀ ਆ ਬਾਕੀ ਇੱਕ ਗੱਲ ਮੈਂ ਕਰਦਾ ਜੀ ਹੋਟਲ ਦੇ ਨਾਲੋਂ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਆਪਣਾ ਰੂਮ ਮਾਹੌਲ ਉਹ ਵਧੀਆ ਗੱਲ ਹੈ ਇਹ ਤੁਸੀਂ ਵੇਖ ਸਕਦੇ ਵੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਲਾਈ ਆ ਅੱਜ ਵੀ ਮੌਜੂਦ ਪਈ ਇੱਥੇ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਤਲਾਈ ਮਹਾਰਾਜ ਦੀ ਤਲਾਈ ਅੱਜ ਬਾਕੀ ਤੁਹਾਨੂੰ ਦੱਸਦੇ ਹਾਂ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਰਬਾਬ ਆ ਅੱਜ ਵੀ ਇਸ ਸਥਾਨ 'ਤੇ ਜਿਹੜੀ ਮੌਜੂਦ ਪਈ ਆ ਤੁਸੀਂ ਵੇਖ ਸਕਦੇ ਹੋ ਤੁਸੀਂ ਵੇਖ ਸਕਦੇ ਹੋ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੰਦੂਕ ਜਿਹੜੀ ਪਈ ਆ ਅੱਜ ਦੀ ਨੈਕਸਟ ਡੇ ਹਾਂਜੀ ਬਾਬੇ ਉਹ ਟਾਈਮ ਹੋ ਗਿਆ ਹੁਣ ਸਵੇਰ ਦਾ ਅਤੇ ਰਾਤ ਆਪਾਂ ਬਹੁਤ ਲੇਟ ਹੋ ਗਏ ਜੀ ਗੁਰਦੁਆਰਾ ਸਾਹਿਬ ਪਹੁੰਚਣ 'ਤੇ ਮੰਡੀ ਸਾਹਿਬ ਰਾਤ ਪਹੁੰਚੇ ਸੀ ਅਤੇ ਲੇਟ ਜ਼ਿਆਦਾ ਹੋ ਗਏ ਆਪਾਂ ਵੀਡੀਓ ਨਹੀਂ ਬਣਾ ਸਕੇ ਹੁਣ ਤੁਸੀਂ ਦਿਨ ਦਾ ਪਿੱਛੇ ਮੇਰੇ ਗੁਰਦੁਆਰਾ ਸਾਹਿਬ ਵੇਖ ਸਕਦੇ ਹੋ ਸਵੇਰ ਦਾ ਟਾਈਮ ਹੈਗਾ ਆਪਣੇ 7:30 ਵਜੇ ਦਾ ਸੋ ਆਪਾਂ ਤੁਹਾਨੂੰ ਆਓ ਆਪਾਂ ਹੁਣ ਇਤਿਹਾਸ ਦੀ ਜਾਣਕਾਰੀ ਕਰਵਾਉਂਦੇ ਹਾਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਇਹ ਉਹ ਸਥਾਨ ਆ ਸੰਗਤ ਜੀ ਜਿੱਥੇ ਮੰਡੀ ਦੇ ਵਿੱਚ ਗੁਰੂ ਸਾਹਿਬ ਜੀ ਆਪਣੇ 500 ਸਿੰਘਾਂ ਦੇ ਨਾਲ ਆ ਕੇ ਠਹਿਰੇ ਸੀਗੇ। ਗੁਰੂ ਸਾਹਿਬ ਸੰਨ 1701 ਈਸਵੀ ਦੇ ਵਿੱਚ ਰਵਾਲਸਰ ਪਹੁੰਚੇ। ਰਵਾਲਸਰ ਦੇ ਮੰਡੀ ਦੇ ਰਾਜੇ ਸਿੱਧ ਸੈਨ ਨੇ ਆਪਣੇ 3 ਪੁੱਤਰਾਂ ਅਤੇ ਫੌਜਾਂ ਸਮੇਤ ਗੁਰੂ ਸਾਹਿਬ ਜੀ ਨੂੰ ਮੰਡੀ ਆਉਣ ਲਈ ਕਿਹਾ। ਰਵਾਲਸਰ ਦੇ ਵਿੱਚੋਂ ਪਾਲਕੀ ਸਾਹਿਬ ਸ਼ਿੰਗਾਰ ਕੇ ਗੁਰੂ ਸਾਹਿਬ ਜੀ ਨੂੰ ਇੱਥੇ ਲੈ ਕੇ ਆਏ। ਗੁਰੂ ਸਾਹਿਬ ਜੀ ਨੇ ਉਸਦੀ ਨਿਮਰਤਾ ਭਾਵਨਾ ਨੂੰ ਦੇਖ ਕੇ ਬਹੁਤ ਹੀ ਨਿਮਰਤਾ ਭਾਵਨਾ ਨੂੰ ਦੇਖ ਕੇ ਤੁਕ ਬੋਲੀ, ਸਾਚ ਕਹੋ ਸੁਨ ਲਿਹੋ ਸਭੇ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ। ਅਤੇ ਉੱਥੋਂ 500 ਸਿੰਘਾਂ ਦੇ ਨਾਲ ਅਤੇ ਘੋੜਿਆਂ ਦੀਆਂ ਬੂੰਜਾਂ ਉੱਠ ਕੇ ਆਈਆਂ ਰਵਾਲਸਰ ਦੇ ਉੱਪਰੋਂ ਮੰਡੀ ਦੇ ਵਿੱਚ ਆ ਕੇ ਠਹਿਰੇ ਸਨ। ਇੱਕ ਗੁਰੂ ਸਾਹਿਬ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਇੱਕ ਬੰਦੂਕ ਭੇਂਟ ਕੀਤੀ ਅਤੇ ਉਹ ਗੁਰੂ ਸਾਹਿਬ ਜੀ ਨੇ ਉਸ ਬੰਦੂਕ ਨੂੰ ਪਰਖਣ ਵਾਸਤੇ ਦਰਿਆ ਦੇ ਵਿੱਚ ਹਾਂਡੀ ਸੁੱਟੀ। ਉਹ ਸਿੰਘ ਨੇ ਗੁਰੂ ਸਾਹਿਬ ਜੀ ਨੇ ਨਿਸ਼ਾਨਾ ਮਾਰਿਆ। ਨਿਸ਼ਾਨਾ ਮਾਰਨ ਦੇ ਬਾਵਜੂਦ ਜਿਹੜੀ ਸੀ ਹਾਂਡੀ ਤੋਂ ਨਿਸ਼ਾਨਾ ਝੁੱਕਿਆ, ਹਾਂਡੀ ਬਚ ਗਈ। ਇਹ ਸੰਚੇਤ ਦੇ ਜਿਹੜੇ ਸਿੱਧ ਸੈਨ ਰਾਜਾ ਜੀ ਸੀ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਵੀ ਮਹਾਰਾਜ ਜੀ ਤੁਹਾਡੇ ਜਾਣ ਤੋਂ ਬਾਅਦ ਔਰੰਗਜ਼ੇਬ ਨੇ ਮੈਨੂੰ ਬਹੁਤ ਤੰਗ ਕਰਨਾ ਹੈ। ਅਤੇ ਗੁਰੂ ਸਾਹਿਬ ਜੀ ਨੇ ਨਿਸ਼ਾਨੇ ਨੂੰ ਝੁੱਕਦਿਆਂ ਸਾਰ ਹੀ ਇੱਕ ਅਕਸ਼ਰ ਬੋਲੀ, ਜੈਸੇ ਬਚੀ ਹੈ ਹਾਂਡੀ ਵੈਸੇ ਬਚੇਗੀ ਤੇਰੀ ਮੰਡੀ, ਜੋ ਮੰਡੀ ਕੋ ਲੁੱਟੇਂਗੇ ਅਸਮਾਨੀ ਗੋਲੇ ਛੁੱਟੇਂਗੇ। ਇਹ ਇਤਿਹਾਸ ਗੁਰਦੁਆਰਾ ਸ੍ਰੀ ਮੰਡੀ ਸਾਹਿਬ ਜੀ ਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੇ ਮਹਰਦਾ ਪਹਿਰਵਾ। ਹਾਂਜੀ ਬਾਬੇ, ਤੁਸੀਂ ਹੁਣ ਦਰਸ਼ਨ ਕਰ ਸਕਦੇ ਹੋ ਜੀ ਲੰਗਰ ਹਾਲ ਦੀ। ਅਤੇ ਇੱਧਰ ਆਪਣੇ ਇੱਕ ਨਾ ਪੋਸਟਰ ਲੱਗਾ ਆ ਇਤਿਹਾਸ ਗੁਰਦੱਸਾ, ਜਿਹੜੇ ਇੱਥੇ ਹੈ ਮੌਜੂਦ ਨੇ ਹਿਮਾਚਲ ਦੇ ਵਿੱਚ। ਇੱਕ ਤਾਂ ਦੱਸ ਦਿੰਦੇ ਆ ਵੀ ਗੁਰਦੁਆਰਾ ਹੈਗਾ ਮੰਡੀ ਆ ਇਹ ਜਿੱਥੇ ਆਪਾਂ ਖੜੇ ਆ ਇਸ ਥਾਂ 'ਤੇ, ਇੱਕ ਰਵਾਲਸਰ ਸਾਹਿਬ ਹੋ ਗਿਆ, ਇੱਕ ਗੁਰੂ ਕੋਠਾ ਸਾਹਿਬ। ਇਹ 3 ਗੁਰਦੁਆਰਾ ਸਾਹਿਬ ਆਪਣੇ ਹੈਗੇ ਨੇ ਹਿਮਾਚਲ ਦੇ ਵਿੱਚ। ਬਾਕੀ ਤੁਸੀਂ ਬਾਹਰ ਦਾ ਥੋੜ੍ਹਾ ਜਿਹਾ ਮਤਲਬ ਇੱਥੋਂ ਦਾ ਵਿਊ ਚੈੱਕ ਕਰ ਸਕਦੇ ਹੋ। ਅਤੇ ਇੱਧਰ ਮਹਾਰਾਜਾ ਸਾਹਿਬ ਦਾ ਗੁਰਦੁਆਰਾ ਹੈ ਮੰਡੀ। ਅੱਜ ਵੀ ਤੁਸੀਂ ਵੇਖ ਸਕਦੇ ਵੀ ਅੱਜ ਵੀ ਉਸੇ ਤਰ੍ਹਾਂ ਹੀ ਜਿਹੜਾ ਇੱਥੇ ਮਹਾਰਾਜ ਦੇ ਜਿਹੜੇ ਆਪਣੇ ਕਹਿ ਸਕਦੇ ਆਪਾਂ ਪਲੰਘ ਸਾਹਿਬ ਹੋ ਗਿਆ, ਫਿਰ ਬੰਦੂਕ ਹੋ ਗਈ ਮਹਾਰਾਜ ਕੁੱਪੀ ਜਿਹੜੀ ਹੋ ਗਈ ਆ ਬੰਦੂਕ ਦੀ, ਅਤੇ ਤਲਾਈ ਅੱਜ ਵੀ ਇੱਥੇ ਮੌਜੂਦ ਹੈਗੇ ਨੇ। ਅਤੇ ਜਿਹੜਾ ਵੀ ਆਪਣਾ ਵੀਰ ਭਰਾ ਆਉਂਦਾ ਹੈ ਇੱਥੇ ਹਿਮਾਚਲ ਦੇ ਵਿੱਚ, ਉਹ ਮੰਡੀ ਸਾਹਿਬ ਗੁਰਦੁਆਰਾ ਜ਼ਰੂਰ ਹੋ ਕੇ ਜਾਇਓ। ਅਤੇ ਇੱਥੋਂ ਨਾਲ ਹੀ 25 ਕਿਲੋਮੀਟਰ ਆਪਣਾ ਹੈਗਾ ਰਵਾਲਸਰ ਸਾਹਿਬ ਗੁਰਦੁਆਰਾ। ਅਤੇ ਆਪਾਂ ਹੋ ਰਹੇ ਹਾਂ ਅੱਜ ਲੇਟ, ਅਤੇ ਇੱਧਰੋਂ ਆਪਾਂ ਚੱਲਦੇ ਹਾਂ ਜੀ ਹੁਣ ਮਣੀਕਰਨ ਸਾਹਿਬ ਨੂੰ ਪਾਉਂਦੇ ਹਾਂ ਰਸਤਾ। ਅਤੇ ਰਸਤਾ ਕੱਲ੍ਹ ਸੁਣਿਆ ਵੀ ਦੇਖਦੇ ਸੀ ਵੀ ਖਰਾਬ ਸੀ, ਪਰ ਅੱਜ ਹੈਗਾ ਸਹੀ ਆ। ਹਾਂਜੀ ਬਾਬੇ, ਹੁਣ ਆਪਾਂ ਦਰਸ਼ਨ ਕਰ ਲਏ ਆ, ਲੰਗਰ ਪਾਣੀ ਛਕ ਲਿਆ ਗੁਰਦੁਆਰਾ ਸਾਹਿਬ ਤੋਂ। ਅਤੇ ਬਾਕੀ ਤੁਹਾਨੂੰ ਪਤਾ ਹੈ ਵੀ ਮਹਾਰਾਜ ਦੇ ਜਿਹੜੇ ਇੱਥੇ ਆਪਣੇ ਬੰਦੂਕ ਸਾਹਿਬ ਪਏ ਨੇ, ਅਤੇ ਇੱਥੇ ਮਹਾਰਾਜ ਤਲਾਈ ਆ, ਅਤੇ ਮਹਾਰਾਜ ਪਲੰਘ ਸਾਹਿਬ, ਅਤੇ ਮਹਾਰਾਜ ਬੰਦੂਕ ਦੀ ਕੁੱਪੀ ਇੱਥੇ ਹੈਗੇ ਆ ਮੌਜੂਦ ਨੇ, ਉਹ ਸਾਰਾ ਇੱਥੇ। ਅਤੇ ਇੱਥੋਂ ਹੁਣ ਆਪਾਂ ਜਿਹੜਾ ਚੱਲਦੇ ਹਾਂ ਜੀ, ਇੱਥੋਂ ਤਕਰੀਬਨ 3-4 ਘੰਟੇ ਦਾ ਰਾਹ ਹੈਗਾ ਮਣੀਕਰਨ ਸਾਹਿਬ ਦਾ, ਹੁਣ ਉੱਥੇ ਚੱਲਦੇ ਹਾਂ ਕਿਉਂਕਿ ਬਹੁਤ ਲੇਟ ਹੋ ਰਿਹਾ, ਸਵੇਰ ਦਾ ਟਾਈਮ 8 ਵੱਜ ਗਏ ਆ। ਬਾਕੀ ਤੁਹਾਨੂੰ ਦੱਸ ਵੀ ਇੱਥੋਂ ਜਿਹੜੇ ਰੂਮ ਵਗੈਰਾ ਮਿਲਦੇ ਆ ਇੱਥੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਰੂਮ ਦਾ ਜਿਹੜਾ ਰੇਟ ਹੋਊਗਾ 700 ਰੁਪਈਆ ਹੁੰਦਾ ਆ ਜਿਹੜਾ ਆਪਣਾ ਸੈਪਰੇਟ ਰੂਮ।
ਤੇ ਬਾਕੀ ਇੱਧਰ ਤੁਹਾਨੂੰ ਦੱਸਦੇ ਹਾਂ ਵੀ ਲੰਗਰ ਜਿਹੜਾ ਆਪਣਾ ਤਿਆਰ ਹੁੰਦਾ ਆ ਇਸ ਜਗ੍ਹਾ ਦੇ ਵਿੱਚ, ਬਹੁਤ ਸਾਰਾ ਇੱਥੇ ਬਾਲਣ ਵਗੈਰਾ ਪਿਆ ਹੋਇਆ ਕਿਉਂਕਿ ਇਹ ਪਹਾੜੀ ਏਰੀਆ ਹੈ। ਤੇ ਇੱਧਰ ਆਪਣੇ ਉੱਪਰ ਜਿਹੜੇ ਆ ਬਣੀ ਹੋਈ ਹੈ ਨਾ ਰੂਮ ਵਗੈਰਾ ਬਣੇ ਹੋਏ ਆ ਸੰਗਤਾਂ ਲਈ ਰਹਿਣ ਲਈ, ਤੇ ਇਹ ਸਾਰੇ ਪੇਡ ਹੈਗੇ ਨੇ, ਫ੍ਰੀ ਕੋਈ ਨਹੀਂ ਆ, ਇਹ ਸਾਰੇ ਪੇਡ ਨੇ ਜਿੰਨੇ ਵੀ ਰੂਮ ਨੇ ਆਪਣੇ ਇੱਧਰ। ਚਲੋ ਗੁਰੂ ਘਰ ਹੀ ਸੰਗਤ ਜਿਹੜੇ ਆ ਪੈਸੇ ਪੈਂਦੇ ਨੇ ਸੰਗਤ ਦੇ ਵਿੱਚ ਜਿਹੜਾ ਲੰਗਰ ਸਾਹਿਬ ਤੇ। ਇੱਕ ਤੁਹਾਨੂੰ ਦੱਸਦੇ ਆ ਵੀ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਇਹ ਸ਼੍ਰੋਮਣੀ ਕਮੇਟੀ ਵਿੱਚ ਨਹੀਂ ਆਉਂਦਾ, ਇਹਨਾਂ ਦੀ ਆਪਣੀ ਲੋਕਲ ਕਮੇਟੀ ਆ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਮੰਡੀ ਸਾਹਿਬ। ਹਾਂਜੀ ਬਾਬੇ, ਹੁਣ ਆਪਾਂ ਇੱਥੋਂ ਪਾਉਂਦੇ ਹਾਂ ਚਾਲੇ, ਤੇ ਇਹ ਵੀ ਆਪਾਂ ਚੈੱਕ ਆਊਟ ਕਰ ਦਿੰਦੇ ਹਾਂ ਰੂਮ ਆਪਣਾ। ਇਹ ਵੀ ਤਾਂ ਆਪਾਂ ਦੱਸ ਦਿੰਦੇ ਵੀ ਜਿੱਦਾਂ ਆਪਾਂ ਉਹ ਰੂਮ ਛੱਡ ਕੇ ਹੀ ਤੁਹਾਡਾ ਮਕਲੋੜਗੰਜ ਵਾਲਾ, ਸੇਮ ਹੀ ਆਪਾਂ ਇਹ ਛੱਡ ਕੇ ਚੱਲੇ ਹਾਂ। ਜਿੱਦਾਂ ਮਿਲਦੇ ਆਪਾਂ ਉੱਦਾਂ ਛੱਡ ਕੇ ਜਾਂਦੇ ਹਾਂ, ਸਫਾਈ ਕਰਕੇ ਜਾਣੀ ਚਾਹੀਦੀ ਆ ਕਿਉਂਕਿ ਆਪਣਾ ਫਰਜ਼ ਵੀ ਬਣਦਾ ਆ। ਵੈਸੇ ਵੀ ਇੱਥੇ ਲਿਖ ਕੇ ਲਿਆ ਗੁਰੂ ਘਰ ਦਾ ਜਿਹੜਾ ਰੂਮ ਆ, ਸਫਾਈ ਕਰਕੇ ਜਾਇਆ ਕਰੋ, ਇੱਦਾਂ ਨਾ ਜਾਇਆ ਕਰੋ। ਸੋ ਹੁਣ ਆਪਾਂ ਇੱਥੋਂ ਚੱਲਦੇ ਹਾਂ ਚੈੱਕ ਆਊਟ ਕਰਕੇ, ਇੱਥੋਂ ਆਪਾਂ ਚੱਲੇ ਪਾਉਂਦੇ ਹਾਂ ਜੀ ਮਣੀਕਰਨ ਸਾਹਿਬ ਨੂੰ, ਅਤੇ ਬਾਕੀ ਰਸਤੇ 'ਚ ਵੇਖਦੇ ਹਾਂ ਵੀ ਕੀ ਚੀਜ਼ਾਂ ਆਉਂਦੀਆਂ ਨੇ, ਉਹ ਤੁਹਾਨੂੰ ਆਪਾਂ ਨਾਲ ਜਿਹੜਾ ਐਕਸਪਲੋਰ ਕਰਦੇ ਰਹਾਂਗੇ। ਅਤੇ ਕੁੱਲੂ ਵੀ ਪੈਂਦਾ ਆ, ਮਨਾਲੀ ਵੀ ਆ। ਸੋ ਆ ਹੁਣ ਆਪਾਂ ਚੱਲਦੇ ਹਾਂ, ਮਿਲਦੇ ਹਾਂ ਤੁਹਾਨੂੰ ਆਪੇ ਹੁਣ ਅੱਗੇ ਜਾ ਕੇ। ਲਓ ਬਾਬੇ ਦੇ ਸਿਰ ਸੇ ਦਰਸ਼ਨ ਕਰੋ ਇਹਨਾਂ ਦੇ। ਹੈਲੋ, ਕੀ ਹਾਲ ਆ? ਠੰਡ ਲੱਗਣ ਡੀ ਵਿਚਾਰਿਆਂ ਨੇ ਵੇਲਾ, ਕਿੱਦਾਂ ਉਹ ਕਹਿੰਦੇ ਜੀ ਇਹਨੇ ਵਾਲ ਤਾਂ ਖੜੇ ਕੀਤੇ ਆ, ਤੁਸੀਂ ਵੇਖੋ ਗੌਰ ਨਾ। ਹੈਲੋ, ਇੱਧਰ ਵੇਖ ਪ੍ਰਧਾਨ, ਪ੍ਰਧਾਨ ਇੱਧਰ ਆ ਵੇਖ ਮੋਬਾਈਲ, ਇਹ ਢੀਠ ਆ ਜਿਹੜੀ ਸੁਣਦਾ ਪਿਆ, ਇਹ ਧੁੱਪ ਸਿੱਕਣ ਡਿਆ ਵਾਲੇ। ਹੈਲੋ, ਕੰਨ ਖੜੇ ਕੀਤੇ ਸੇ ਸੇ ਵੇਲੇ ਕਿਊਟ ਕਿੰਨੇ ਲੱਗੇ ਰਹੇ ਦੋਵੇਂ ਜਾਣੇ ਬੈਠ ਕੇ। ਬਾਬੇ ਆਪਾਂ ਵੀ ਤਾਂ ਕਹਿੰਦਾ ਨੀ ਮੰਡੀ ਸਾਹਿਬ ਗੁਰਦੁਆਰੇ ਨੂੰ,